ਦੋਸਤੋ ਕਰ ਲਓ ਡੇਟਾਂ ਚੇਂਜ ਜਿਹਨੇ ਕਰਨੀ ਆ। ਸਿੱਧੂ ਮੂਸੇਵਾਲਾ ਆ ਰਿਹਾ। ਜੀ ਹਾਂ ਦੋਸਤੋ, ਤੁਹਾਨੂੰ ਪਤਾ ਜਦੋਂ ਸਿੱਧੂ ਦਾ ਗਾਣਾ ਆਉਣ ਵਾਲਾ ਹੁੰਦਾ ਆ ਤਾਂ ਸਾਰੇ ਸਿੰਗਰ ਡੇਟਾਂ ਚੇਂਜ ਕਰਨ ਲੱਗ ਜਾਂਦੇ ਨੇ ਵੀ ਕਿਤੇ ਸਿੱਧੂ ਦੇ ਰਿਲੀਜ਼ ਦੇ ਗਾਣੇ ਦੇ ਅੰਦਰ 4-5 ਦਿਨਾਂ 'ਚ ਡੇਟ ਨਾ ਰੱਖ ਦਾਂ ਗਾਣੇ ਦੀ, ਵੀ ਗਾਣਾ ਚੱਲਣਾ ਹੀ ਨਹੀਂ। ਤੁਹਾਨੂੰ ਪਤਾ ਹੀ ਆ ਮੂਸੇਵਾਲਾ ਹੀ ਚੱਲੂਗਾ, ਫਿਰ ਤਾਂ ਚੱਲਣ ਤਾਂ ਇਹ ਹੁਣ ਵੀ ਨਹੀਂ ਦਿੰਦਾ, ਇਹ ਵੀ ਗਰੰਟੀ ਆ। ਬਸ ਉਹਨਾਂ ਦੇ ਆਪਣੇ ਮਨ ਨੂੰ ਤਸੱਲੀ ਮਿਲ ਜਾਂਦੀ ਆ ਵੀ ਹਾਂ ਜੇ ਆਪਾਂ ਸਿੱਧੂ ਦੇ ਨੇੜੇ ਤੇੜੇ ਗਾਣਾ ਨਹੀਂ ਰਿਲੀਜ਼ ਕਰਾਂਗੇ ਤਾਂ ਸਾਡਾ ਗਾਣਾ ਹਿੱਟ ਹੋ ਜੂਗਾ, ਨਹੀਂ ਤਾਂ ਸਿੱਧੂ ਨੇ ਫਲੋਪ ਕਰ ਦੇਣਾ। ਅਤੇ ਦੋਸਤੋ ਹੋਲੀਵੁੱਡ ਦੇ ਰੈਪਰ ਰਿਕ ਰੋਸ ਦੇ ਨਾਲ ਤੁਹਾਨੂੰ ਪਤਾ ਸਿੱਧੂ ਦੀ ਕਲੈਬਰੇਸ਼ਨ ਆਉਣੀ ਸੀ ਅਤੇ ਡੀਜੇ ਸੈਡੋ ਦਾ ਮਿਊਜ਼ਿਕ ਹੋਣਾ ਸੀ ਉਸ ਦੇ ਵਿੱਚ, ਦੁਬਈ ਦੇ ਮਿਊਜ਼ਿਕ ਡਾਇਰੈਕਟਰ ਨੇ। ਅਤੇ ਉਹਨਾਂ ਨੇ ਆਪਣੇ ਕੁਐਸਚਨਰ ਦੇ ਵਿੱਚ ਇੱਕ ਕੁਐਸਚਨ ਦਾ ਜਵਾਬ ਦਿੱਤਾ, ਤੁਹਾਨੂੰ ਉਹ ਪੜ੍ਹਾ ਦਈਏ। ਜਦੋਂ ਸਿੱਧੂ ਮੂਸੇਵਾਲਾ ਦੇ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਸੀ ਤਾਂ ਦਾ ਲੈਜੈਂਡ ਵਾਜ਼ ਸਪੋਜ਼ ਟੂ ਵਰਕ ਓਨ ਏ ਟਰੈਕ ਫੀਚਰਿੰਗ ਹਿਮ ਐਂਡ ਰਿਕ ਰੋਸ, ਅਨਫੋਰਚੁਨੇਟਲੀ ਦੈਟ ਡਿਡਨਟ ਹੈਪਨ ਕੋਜ਼ ਆਫ ਦਿਸ ਡਿਮਾਈਜ਼, ਮਚ ਲਵ ਟੂ ਯੂ ਬ੍ਰਦਰ, ਆਲਵੇਜ਼ ਯੂ ਮੇਕ ਅਸ ਆਲ ਪ੍ਰਾਊਡ। ਰਿਕ ਰੋਸ ਅਤੇ ਸਿੱਧੂ ਮੂਸੇਵਾਲਾ ਦੀ ਕਲੈਬਰੇਸ਼ਨ ਹੋਣੀ ਸੀ ਬਟ ਸਿੱਧੂ ਦੇ ਜਾਣ ਕਰਕੇ ਉਹ ਅਧੂਰੀ ਰਹਿ ਗਈ, ਇਹ ਉਹਨਾਂ ਨੇ ਕਿਹਾ। ਅਤੇ ਮਿਊਜ਼ਿਕ ਸ਼ਾਇਦ ਡੀਜੇ ਸੈਡੋ ਦਾ ਹੀ ਹੋਣਾ ਸੀ ਜੋ ਕਿ ਸਿੱਧੂ ਅਤੇ ਰਿਕ ਰੋਸ ਨੂੰ ਲਿੰਕਅਪ ਕਰਾਇਆ ਸੀ। ਬਾਕੀ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਆ, ਇੱਕ ਨਿੱਕੇ ਬੱਚੇ ਨੇ ਆਪਣੀ ਜੀ ਵੈਗਨ ਸਿੱਧੂ ਮੂਸੇਵਾਲਾ ਨੂੰ ਜਦੋਂ ਗਿਫਟ ਕੀਤੀ ਤਾਂ ਤੁਸੀਂ ਦੇਖ ਕੇ ਬਹੁਤ ਖੁਸ਼ ਹੋ ਜਾਓਗੇ। ਸਿੱਧੂ ਦੀ ਵੋਇਸ ਆ ਉਸ ਦੇ ਵਿੱਚ, ਅਨਸੀਨ ਵੀਡੀਓ ਆ, ਕਿਸੇ ਕਿਸੇ ਨੇ ਦੇਖੀ ਹੋਵੇ ਕਿਸੇ ਨੇ ਨਹੀਂ, ਦੇਖਿਓ ਜ਼ਰੂਰ, ਡਿਸਕ੍ਰਿਪਸ਼ਨ 'ਚ ਲਿੰਕ ਆ। ਧੰਨਵਾਦ।